ਸਪ੍ਰਿੰਕਲ ਗਾਰਡ ਆਇਲ, ਸਪ੍ਰਿੰਕਲ ਗਾਰਡ ਆਇਲ ਲਗਾਉਣ ਦਾ ਸਭ ਤੋਂ ਬੈਸਟ ਤਰੀਕਾ ਕੀ ਹੈਗਾ ਆ? ਇਹਨੂੰ ਤੁਸੀਂ ਨਾਈਟ ਟਾਈਮ 'ਤੇ ਯੂਜ਼ ਕਰਿਆ ਕਰੋ ਤਾਂ ਕਿ ਤੁਹਾਡੀ ਸਕਿਨ ਸਟਿੱਕੀ ਨਾ ਲੱਗੇ। ਹਾਂ, ਜਿਨ੍ਹਾਂ ਨੂੰ ਬਹੁਤ ਜ਼ਿਆਦਾ ਡਰਾਈ ਸਕਿਨ ਦੀ ਪ੍ਰੋਬਲਮ ਆ ਉਹ ਡੇ ਟਾਈਮ 'ਤੇ ਵੀ ਯੂਜ਼ ਕਰ ਸਕਦੇ ਆ। ਸੋ ਇਹ ਸਟਿੱਕੀ ਲੱਗਦਾ ਨਹੀਂ ਆ, ਬਟ ਸਟਿਲ ਬਿਕੋਜ਼ ਇਟਸ ਐਨ ਆਇਲ ਦੈਟਸ ਵਾਈ ਆਮ ਸੇਇੰਗ ਟੂ ਯੂਜ਼ ਇਟ ਐਟ ਨਾਈਟ ਟਾਈਮ ਤਾਂ ਕਿ ਤੁਹਾਨੂੰ ਬੈਸਟ ਇਹਦੇ ਬੈਨੀਫਿਟਸ ਮਿਲਣ। ਸੋ ਇਹਨੂੰ ਤੁਸੀਂ ਕੀ ਕਰਨਾ, ਆਪਣੇ ਬਾਕੀ ਪੂਰਾ ਫੇਸ ਰੂਟੀਨ ਕਰਨ ਤੋਂ ਬਾਅਦ ਜੋ ਵੀ ਤੁਹਾਡੇ ਮੈਂ ਸਕਿਨ ਦੇ ਸਟੈਪਸ ਆਪਣੇ ਵੀਡੀਓਜ਼ ਦੇ ਵਿੱਚ ਅੱਗੇ ਵੀ ਦੱਸੇ ਆ, ਐਂਡ 'ਤੇ ਤੁਸੀਂ ਇਹਦੇ ਫਿਊ ਡਰੋਪਸ ਆਪਣੇ ਫੇਸ 'ਤੇ ਲਗਾਉਣੇ ਆ ਔਰ ਉਸਨੂੰ ਇੱਕ ਥਿਨ ਇੱਕ ਲੇਅਰ ਪੂਰੇ ਫੇਸ 'ਤੇ ਕਰ ਲੈਣੀ, ਫੇਸ ਐਂਡ ਨੈਕ। ਲੀਵ ਇਟ ਔਨ ਫੋਰ ਫਿਊ ਸੈਕਿੰਡਸ, ਮੇ ਬੀ ਅ ਮਿਨਟ, ਔਰ ਉਸ ਤੋਂ ਬਾਅਦ 'ਚੋਂ ਉਹਨੂੰ ਆਪਣੀ ਸਕਿਨ ਦੇ ਵਿੱਚ ਮਸਾਜ ਕਰ ਲਓ। ਦਿਸ ਗਿਵਸ ਯੂ ਦ ਬੈਸਟ ਰਿਜ਼ਲਟਸ ਫੋਰ ਐਂਟੀ ਰਿੰਕਲ। ਸੋ ਰਿੰਕਲਸ ਭਜਾ ਸਕਦੇ ਹਾਂ ਤੁਸੀਂ ਇਹਦੇ ਨਾਲ, ਮੈਜਿਕ ਓਇਲ ਆ।